ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਲਾਲੀਮਾ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ, ਲੋਕਾਂ ਦੀ ਆਵਾਜ਼ ਲੋਕਾਂ ਲਈ। 2020 ਅੱਜ ਖਤਮ ਹੋ ਰਿਹਾ ਹੈ ਤੇ ਹੁਣ 2021 ਸਾਲ ਚੜ੍ਹਨ ਵਾਲਾ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਕਿ ਆਖਿਰਕਾਰ 2020 ਦੇ ਵਿੱਚ ਇਹੋ ਜੀਆਂ ਕਿਹੜੀਆਂ ਖਬਰਾਂ ਸੀ ਜਿਸ ਨੇ ਪੂਰੇ ਸਾਲ ਲਾਈਮਲਾਈਟ ਬਣਾ ਰੱਖੀ, ਤੇ ਨਾਲ ਹੀ ਗੱਲ ਕਰਾਂਗੇ ਉਹਨਾਂ ਟੌਪ 10 ਨਿਊਜ਼ ਆਫ ਇੰਡੀਆ ਇਨ 2020 ਜਿਸ ਨੇ ਤੁਹਾਡਾ ਧਿਆਨ ਆਪਣੇ ਵੱਲ ਖਿੱਚਿਆ। ਤੇ ਹੁਣ ਪਹਿਲੀ ਨਿਊਜ਼ ਦੀ ਜੇ ਗੱਲ ਕਰੀਏ ਤੇ ਉਹ ਰਹੀ ਹੈ ਕੋਰੋਨਾ ਮਹਾਮਾਰੀ। ਦੁਨੀਆ ਦੇ ਵਿੱਚ ਕੋਰੋਨਾ ਮਹਾਮਾਰੀ ਜਿਹੜੀ ਆਈ ਉਸ ਦੇ ਨਾਲ ਕਈ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ, ਕਈ ਲੋਕਾਂ ਦੀ ਜਾਨ ਵੀ ਗਈ। ਤੇ ਇਸ ਕੋਰੋਨਾ ਮਹਾਮਾਰੀ ਨੇ ਭਾਰਤ ਦੇਸ਼ ਦੇ ਵਿੱਚ ਵੀ ਲੋਕਡਾਊਨ ਲਗਾ ਦਿੱਤਾ। ਭਾਰਤ ਦੇਸ਼ ਕੀ, ਹਰ ਇੱਕ ਦੁਨੀਆ ਦੇ ਰਾਜ ਵਿੱਚ, ਹਰ ਇੱਕ ਦੁਨੀਆ ਦੇ ਦੇਸ਼ ਦੇ ਵਿੱਚ ਲੱਗਿਆ ਲੋਕਡਾਊਨ ਤੇ ਨਾਲ ਹੀ ਕਰਫਿਊ। ਇਸ ਕੋਰੋਨਾ ਮਹਾਮਾਰੀ ਨੇ ਕਈ ਲੋਕਾਂ ਦੀ ਜੋ ਜੌਬ ਸੀ ਉਹ ਵੀ ਗਵਾ ਦਿੱਤੀਆਂ ਤੇ ਇਸ ਕੋਰੋਨਾ ਮਹਾਮਾਰੀ ਕਾਰਨ ਕਈ ਲੋਕਾਂ ਨੂੰ ਬਹੁਤ ਨੁਕਸਾਨ ਵੀ ਝੇਲਣਾ ਪਿਆ। ਲੋਕਾਂ ਨੂੰ ਲੋਕਡਾਊਨ ਦੇ ਵਿੱਚ ਆਪਣੇ ਘਰ ਬੰਦ ਕਰਕੇ ਹੀ ਆਪਣੇ ਆਪ ਨੂੰ ਰਹਿਣਾ ਪਿਆ। ਇਸ ਤੋਂ ਬਾਅਦ ਹੁਣ ਇਹ ਖਬਰ ਹੈ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਹੈ ਕਿ ਜਿਹੜੀ ਕੋਰੋਨਾ ਵੈਕਸੀਨ ਹੈ ਉਹ ਜਲਦ ਹੀ ਆ ਜਾਵੇਗੀ, ਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਟੀਕਾਕਰਨ ਮੁਹਿੰਮ ਹੈ ਉਹ ਸ਼ੁਰੂ ਕੀਤਾ ਜਾਵੇਗਾ ਤੇ ਜਿਹੜੀ ਕੋਰੋਨਾ ਵੈਕਸੀਨ ਹੈ ਉਹ ਆਖਰੀ ਚਰਨ ਤੇ ਪਹੁੰਚ ਚੁੱਕੀ ਹੈ। ਜਿਹੜੀ 2020 ਦੇ ਵਿੱਚ ਕੋਰੋਨਾ ਮਹਾਮਾਰੀ ਚੱਲੀ ਹੈ ਉਸਦਾ ਇਲਾਜ 2021 ਦੇ ਵਿੱਚ ਆਉਣਾ ਇਸਦੀ ਪੂਰੀ ਪੂਰੀ ਉਮੀਦ ਹੈ ਤੇ ਹੁਣ ਦੇਖਿਆ ਜਾਵੇਗਾ ਕੀ ਕੋਰੋਨਾ ਵੈਕਸੀਨ ਸਾਨੂੰ 2021 ਦੇ ਵਿੱਚ ਮਿਲਦੀ ਹੈ ਕਿ ਨਹੀਂ, ਇਹ ਤਾਂ ਹੁਣ ਵਕਤ ਹੀ ਦੱਸੇਗਾ। ਜੇ ਆਪਾਂ ਦੂਜੀ ਖਬਰ ਦੀ ਗੱਲ ਕਰੀਏ ਤਾਂ ਇਹ ਹੈ ਸੁਸ਼ਾਂਤ ਸਿੰਘ ਰਾਜਪੂਤ ਦੀ। ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਜੂਨ ਮਹੀਨੇ ਦੇ ਵਿੱਚ ਆਪਣੇ ਮੁੰਬਈ ਅਪਾਰਟਮੈਂਟ ਦੇ ਵਿੱਚ ਖੁਦਕੁਸ਼ੀ ਕੀਤੀ। ਇਸ ਖੁਦਕੁਸ਼ੀ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਮਰਡਰ ਲੱਗ ਰਿਹਾ ਹੈ। ਜਿਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਵਾਲਿਆਂ ਨੇ ਰੀਆ ਚੱਕਰਵਰਤੀ ਦੇ ਖਿਲਾਫ FIR ਦਰਜ ਕਰਵਾਈ ਤੇ ਨਾਲ ਹੀ ਕਿਹਾ ਕਿ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਮੈਂਟਲ ਟੌਰਚਰ ਦਿੱਤਾ ਹੈ ਜਿਸ ਕਾਰਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਈ ਹੈ। ਤੇ ਜਿਸ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਆਵਾਜ਼ ਚੁੱਕੀ ਤੇ ਕਿਹਾ ਕਿ ਰੀਆ ਚੱਕਰਵਰਤੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਨਾਲ ਹੀ ਜਦੋਂ ਰੀਆ ਚੱਕਰਵਰਤੀ ਦੀ ਤਲਾਸ਼ੀ ਲਿੱਤੀ ਗਈ, ਉਹਨਾਂ ਦੇ ਘਰ ਦੀ ਤਲਾਸ਼ੀ ਲਿੱਤੀ ਗਈ, ਉਹਨਾਂ ਤੋਂ ਪੁੱਛਤਾਛ ਕੀਤੀ ਗਈ ਤੇ ਪਤਾ ਲੱਗਿਆ ਕਿ ਉਹਨਾਂ ਨੂੰ ਜੇਲ੍ਹ ਕੀਤੀ ਗਈ ਜਿਸ ਕਾਰਨ ਕਿ ਉਹਨਾਂ ਨੂੰ ਮੈਰੀਓਨਾ ਦੇ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ, ਜਿਸ ਤੋਂ ਬਾਅਦ ਕੁਝ ਇੱਕ ਮਹੀਨੇ ਬਾਅਦ ਉਹਨਾਂ ਨੂੰ ਬੇਲ ਦੇ ਵਿੱਚ ਛੱਡਿਆ ਗਿਆ। ਤੇ ਹੁਣ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦਾ ਜਿਹੜਾ ਕੇਸ ਹੈ ਉਹ CBI ਕੋਲ ਹੈ। CBI ਜਲਦੀ 2021 ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਕੇਸ ਦਾ ਵਰਡਿਕਟ ਦੇ ਸਕਦੀ ਹੈ। ਹੁਣ ਇਸ ਤੋਂ ਬਾਅਦ ਤੀਜੀ ਖਬਰ ਹੈ ਤਬਲੀਗੀ ਜਮਾਤ ਦੀ। ਤਬਲੀਗੀ ਜਮਾਤ ਮਾਰਚ 2020 ਦੇ ਵਿੱਚ ਜਿਹੜੇ ਇੰਟਰਨੈਸ਼ਨਲ ਲੋਕ ਆਏ ਸਨ, ਕਿਹਾ ਜਾਂਦਾ ਹੈ ਕਿ ਉਹ ਆਪਣੇ ਦੇ ਨਾਲ ਕੋਰੋਨਾ ਮਹਾਮਾਰੀ ਵੀ ਲੈ ਕੇ ਆਏ ਸਨ ਜਿਸ ਕਾਰਨ ਉਹਨਾਂ ਨੂੰ ਬਹੁਤ ਸਾਰੇ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ। ਸਭ ਦਾ ਕਹਿਣਾ ਸੀ ਕਿ ਤਬਲੀਗੀ ਜਮਾਤ ਦੇ ਵਿੱਚ ਜਿਹੜੇ ਲੋਕ ਆਏ ਨੇ ਉਹਨਾਂ ਕਾਰਨ ਕੋਰੋਨਾ ਮਹਾਮਾਰੀ ਵਧੀ ਹੈ ਤੇ ਉਹਨਾਂ ਕਾਰਨ ਹੀ ਕਈ ਲੋਕਾਂ ਨੂੰ ਕੋਰੋਨਾ ਦੇ ਨਾਲ ਜੂਝਣਾ ਪੈ ਰਿਹਾ ਹੈ ਤੇ ਜਿਸ ਕਾਰਨ ਸਰਕਾਰ ਨੇ ਵੀ ਕਿਹਾ ਕਿ ਜੋ ਤਬਲੀਗੀ ਜਮਾਤ ਨੇ ਕੀਤਾ ਹੈ ਉਹ ਗਲਤ ਹੈ। ਪਰ ਬਾਅਦ ਵਿੱਚ ਆਇਆ ਕਿ ਉਹਨਾਂ ਦਾ ਇਸ ਕੋਰੋਨਾ ਮਹਾਮਾਰੀ ਦੇ ਵਿੱਚ ਕੋਈ ਵੀ ਉਹਨਾਂ ਦਾ ਕੋਈ ਹਿੱਸਾ ਨਹੀਂ ਸੀ, ਕੁਛ ਵੀ ਉਹਨਾਂ ਨੇ ਨਹੀਂ ਕੀਤਾ ਹੈ, ਨਾ ਹੀ ਉਹ ਕੋਰੋਨਾ ਮਹਾਮਾਰੀ ਲੈ ਕੇ ਆਏ ਨੇ। ਜਿਸ ਤੋਂ ਬਾਅਦ ਹੁਣ ਤਬਲੀਗੀ ਜਮਾਤ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਉਹਨਾਂ ਦੇ ਦੇਸ਼ ਭੇਜਣ ਦੀ ਪ੍ਰਤੀਕਿਰਿਆ ਚੱਲ ਰਹੀ ਹੈ। ਇਸ ਤੋਂ ਬਾਅਦ ਜੇ ਚੌਥੀ ਨਿਊਜ਼ ਦੀ ਗੱਲ ਕਰੀਏ ਤੇ ਭਾਰਤ ਤੇ ਚੀਨ ਦੇ ਵਿੱਚ ਜਿਹੜੀ ਘੁਸਪੈਠ ਹੋਈ ਉਹਦੇ ਵਿੱਚ 20 ਜਵਾਨ ਸ਼ਹੀਦ ਹੋਏ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਚਾਈਨਾ ਨੂੰ ਇਹ ਵਾਰਨਿੰਗ ਦਿੱਤੀ ਕਿ ਉਹ ਇਸ ਤਰ੍ਹਾਂ ਨਾ ਭਾਰਤ ਸਰਕਾਰ ਜਾਂ ਭਾਰਤ ਜਿਹੜੀ ਆਰਮੀ ਹੈ ਉਹਨਾਂ ਦੇ ਨਾਲ ਪੰਗਾ ਲਵੇ। ਤੇ ਨਾਲ ਹੀ ਦੱਸ ਦਈਏ ਕਿ ਗਲਵਾਨ ਵੈਲੀ ਦੇ ਵਿੱਚ ਭਾਰਤ ਚੀਨ ਦੀ ਜਦੋਂ ਘੁਸਪੈਠ ਹੋਈ ਸੀ ਤਾਂ ਉਸ ਤੋਂ ਬਾਅਦ ਜਿਹੜੀ ਪ੍ਰਤੀਕਿਰਿਆ ਸੀ ਜਨਤਾ ਵੱਲੋਂ, ਉਹਨਾਂ ਨੇ ਕਿਹਾ ਸੀ ਕਿ ਚੀਨੀ ਜਿਹੜੇ ਹੈਗੇ ਨੇ ਉਹਨਾਂ ਨੂੰ ਜਵਾਬ ਮਿਲਣਾ ਹੀ ਚਾਹੀਦਾ। ਤੇ ਹੁਣ ਜੇ ਅਗਲੀ ਖਬਰ ਦੀ ਗੱਲ ਕਰੀਏ ਤੇ ਭਾਰਤ ਚੀਨ ਦੀ ਲੜਾਈ ਤੋਂ ਬਾਅਦ ਕੇਂਦਰ ਸਰਕਾਰ ਨੇ ਜਿਹੜੀ ਚਾਈਨੀਜ਼ ਐਪਸ ਨੇ ਉਹਨਾਂ ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ। ਲਗਭਗ 200 ਤੋਂ ਜ਼ਿਆਦਾ ਚਾਈਨੀਜ਼ ਐਪਸ ਨੂੰ ਦੇਸ਼ ਦੇ ਵਿੱਚ ਬੈਨ ਕੀਤਾ ਗਿਆ ਹੈ ਤਾਂ ਕਿ ਜਿਹੜੇ ਚਾਈਨੀਜ਼ ਨੇ ਉਹ ਆਪਣਾ ਬਿਜ਼ਨਸ ਭਾਰਤ ਦੇਸ਼ ਤੋਂ ਨਾ ਲੈ ਸਕਣ। ਇਹਨਾਂ ਚਾਈਨੀਜ਼ ਐਪਸ ਦੇ ਜੋ ਇਨਕਲੂਡ ਹੁੰਦਾ ਹੈ ਉਹ ਹੈ ਟਿਕਟੌਕ, ਪਬਜੀ, ਸ਼ੇਅਰ ਇਟ, ਵੀ ਟ੍ਰਾਂਸਫਰ, ਸ਼ੀਨ ਵਰਗੇ ਐਪਸ ਤੇ ਹੋਰ ਵੀ ਐਪਸ ਨੇ ਜੋ ਕਿ ਲੋਕ ਡੇਲੀ ਬੇਸਿਸ ਤੇ ਯੂਜ਼ ਕਰਦੇ ਸਨ। ਪਰ ਹੁਣ ਚਾਈਨੀਜ਼ ਐਪਸ ਬੈਨ ਹੋਣ ਤੋਂ ਬਾਅਦ ਕਈ ਲੋਕਾਂ ਨੂੰ ਨੁਕਸਾਨ ਵੀ ਹੋਇਆ ਤੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਹ ਸੀ ਚਾਈਨੀਜ਼ ਬਿਜ਼ਨਸਮੈਨ ਜਿਨ੍ਹਾਂ ਨੇ ਆਪਣੇ ਐਪਸ ਭਾਰਤ ਦੇਸ਼ ਵਿੱਚ ਚਲਾਏ ਹੋਏ ਸਨ। ਤੇ ਜੇ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਹੈ ਸਭ ਤੋਂ ਵੱਡੀ ਖਬਰ, ਕਿਸਾਨ ਅੰਦੋਲਨ।
ਕਿਸਾਨ ਅੰਦੋਲਨ ਜੋ ਕਿ ਇਸ ਸਮੇਂ ਵੀ ਚੱਲ ਰਿਹਾ ਜਿੱਥੇ ਕਿਸਾਨਾਂ ਦੀ ਇੱਕੋ ਮੰਗ ਹੈ ਕਿ ਜਿਹੜੇ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਜਿਸ ਕਰਕੇ ਕਿਸਾਨ ਜਿਹੜੇ ਹੈਗੇ ਨੇ ਉਹ ਦਿੱਲੀ ਦੇ ਹਰ ਇੱਕ ਬਾਰਡਰ ਦੇ ਵਿੱਚ ਅੰਦੋਲਨ ਕਰ ਰਹੇ ਨੇ ਤੇ ਕੇਂਦਰ ਸਰਕਾਰ ਅੱਗੇ ਮੰਗ ਕਰ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਹੁਣ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕਿਸਾਨੀ ਅੰਦੋਲਨ ਕਰ ਰਹੇ ਨੇ ਉਹਨਾਂ ਨੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਹੈ ਤੇ ਹੁਣ ਜਿਹੜੀ ਮੀਟਿੰਗ ਹੈ 4 ਜਨਵਰੀ ਨੂੰ ਵੀ ਹੋਵੇਗੀ ਤੇ ਪਤਾ ਚੱਲੇਗਾ ਕਿ ਆਖਿਰਕਾਰ ਕੇਂਦਰ ਸਰਕਾਰ ਇਹ ਖੇਤੀ ਕਾਨੂੰਨ ਵਾਪਸ ਲੈਂਦੀ ਹੈ ਕਿ ਨਹੀਂ ਤੇ ਦੱਸਦੀ ਹੈ ਕਿ ਜਿਹੜੀ 30 ਦਸੰਬਰ ਨੂੰ ਮੀਟਿੰਗ ਹੋਈ ਹੈ ਉਹਦੇ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨ ਲਈਆਂ ਨੇ ਜਿਹਦੇ ਵਿੱਚ ਇੱਕ ਹੈ ਬਿਜਲੀ ਬਿੱਲ ਰੱਦ ਹੋਣਾ ਤੇ ਦੂਜਾ ਹੈ ਪਰਾਲੀ ਤੇ ਜਿਹੜਾ ਜੁਰਮਾਨਾ ਸੀ ਉਸ ਨੂੰ ਖਤਮ ਕਰਨਾ ਤੇ ਹੁਣ ਜੇ ਅਗਲੀ ਖਬਰ ਦੀ ਗੱਲ ਕਰੀਏ ਤਾਂ ਅਗਲੀ ਖਬਰ ਹੈ ਕੰਗਨਾ ਤੇ ਸ਼ਿਵ ਸੈਨਾ ਦੀ ਕੰਗਨਾ ਤੇ ਸ਼ਿਵ ਸੈਨਾ ਦੇ ਵਿੱਚ ਬਹੁਤ ਹੀ ਜ਼ਬਰਦਸਤ ਲੜਾਈ ਹੋਈ ਜਦੋਂ ਕੰਗਨਾ ਨੇ ਕਿਹਾ ਕਿ ਜਿਹੜਾ ਮੁੰਬਈ ਹੈ ਉਹ POK ਬਣ ਰਿਹਾ ਯਾਨੀ ਕਿ ਪਾਕਿਸਤਾਨ ਆਫ ਕਸ਼ਮੀਰ ਤੇ ਇਸ ਦੇ ਨਾਲ ਹੀ ਮੁੰਬਈ ਦੇ ਜਿਹੜੇ ਲੋਕ ਸੀ ਮੁੰਬਈ ਦੇ ਜਿਹੜੇ ਬਾਲੀਵੁੱਡ ਐਕਟਰ ਸੀ ਤੇ ਨਾਲ ਨਾਲ ਸ਼ਿਵ ਸੈਨਾ ਬਹੁਤ ਗੁੱਸਾ ਹੋਈ ਤੇ ਉਹਨਾਂ ਨੇ ਕਿਹਾ ਕਿ ਕੰਗਨਾ ਨੇ ਜੋ ਇਹ ਬਿਆਨ ਦਿੱਤਾ ਹੈ ਉਹ ਬਹੁਤ ਗਲਤ ਹੈ ਤੇ ਇਸ ਦਾ ਖਾਮਿਆਜ਼ਾ ਕੰਗਨਾ ਰਣੌਤ ਨੂੰ ਭੁਗਤਣਾ ਹੀ ਪੈਣਾ ਹੈ ਪਰ ਕੰਗਨਾ ਰਣੌਤ ਨਹੀਂ ਡਰੀ ਤੇ ਉਹਨਾਂ ਨੇ ਕਿਹਾ ਕਿ ਉਹ ਮੁੰਬਈ ਆਏਗੀ ਤੇ ਸ਼ਿਵ ਸੈਨਾ ਉਹਨਾਂ ਨਾਲ ਕੀ ਕਰ ਸਕਦੀ ਹੈ ਉਹ ਵੀ ਦੇਖਣਾ ਚਾਹੇਗੀ ਤੇ ਇਸ ਦੇ ਵਿੱਚ ਹੀ ਕੇਂਦਰ ਸਰਕਾਰ ਨੇ ਕੰਗਨਾ ਰਣੌਤ ਨੂੰ ਵਾਈਪਲਸ ਸਿਕਿਉਰਿਟੀ ਵੀ ਦਿੱਤੀ ਤੇ ਨਾਲ ਹੀ ਜਦੋਂ ਕੰਗਨਾ ਆਪਣੇ ਮਨਾਲੀ ਤੋਂ ਆ ਰਹੀ ਸੀ ਮੁੰਬਈ ਤੇ ਰਸਤੇ ਵਿੱਚ ਹੀ BMC ਨੇ ਜੋ ਕੰਗਨਾ ਰਣੌਤ ਦਾ ਆਫਿਸ ਸੀ ਉਸ ਨੂੰ ਡਿਮੋਲਿਸ਼ ਕਰ ਦਿੱਤਾ ਉਸ ਨੂੰ ਤੋੜ ਦਿੱਤਾ ਜਿਸ ਤੋਂ ਬਾਅਦ ਜਦੋਂ ਕੰਗਨਾ ਰਣੌਤ ਮੁੰਬਈ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਦੇ ਨਾਲ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਹੈ ਅਗਲੀ ਖਬਰ ਦੀ ਗੱਲ ਕਰੀਏ ਤਾਂ ਅਗਲੀ ਖਬਰ ਹੈ ਜਿਹੜੀ ਦਿੱਲੀ ਵਿਧਾਨ ਸਭਾ ਚੋਣਾਂ ਹੋਈਆਂ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸ਼ਾਨਦਾਰ ਜਿੱਤ ਹੋਈ 70 ਸੀਟਾਂ ਵਿੱਚੋਂ 62 ਸੀਟਾਂ ਮਿਲੀਆਂ ਅਰਵਿੰਦ ਕੇਜਰੀਵਾਲ ਨੂੰ ਤੇ 8 ਸੀਟਾਂ ਮਿਲੀਆਂ BJP ਨੂੰ ਤੇ ਨਾਲ ਹੀ ਕੇਜਰੀਵਾਲ ਨੂੰ ਪਿਛਲੀ ਵਾਰ ਵੀ 96% ਸੀਟਾਂ ਮਿਲੀ ਸੀ ਤੇ ਇਸ ਵਾਰ ਮਿਲੀਆਂ 88% ਸੀਟਾਂ ਤੇ ਇਸ ਤੋਂ ਬਹੁਤ ਮੈਜੋਰਿਟੀ ਦੇ ਨਾਲ ਅਰਵਿੰਦ ਕੇਜਰੀਵਾਲ ਫਿਰ ਤੋਂ ਬਣ ਗਏ ਦਿੱਲੀ ਦੇ ਚੀਫ ਮਿਨਿਸਟਰ ਤੇ ਹੁਣ ਉਹ ਦਿੱਲੀ ਦੇ ਚੀਫ ਮਿਨਿਸਟਰ ਬਣ ਦਿੱਲੀ ਦੇ ਸਰਕਾਰ ਨੇ ਉਹਨਾਂ ਨੂੰ ਪੂਰੇ ਕਰ ਰਹੇ ਨੇ ਤੇ ਇਸ ਦੇ ਵਿੱਚ BJP ਦੇ ਹਾਰ ਹੋਈ ਤੇ ਕਾਂਗਰਸ ਨੇ ਆਪਣਾ ਕੋਈ ਵੀ ਖਾਤਾ ਨਹੀਂ ਖੋਲਿਆ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਅਗਲੀ ਖਬਰ ਵੀ ਵਿਧਾਨ ਸਭਾ ਚੋਣਾਂ ਦੀਆਂ ਨੇ ਜੋ ਬਿਹਾਰ ਵਿੱਚ ਹੋਏ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹੋਈ BJP NDA ਗਠਜੋੜ ਦੀ ਇਸ ਜਿੱਤ ਤੋਂ ਬਾਅਦ BJP ਦੇ ਸਾਰੇ ਲੀਡਰਸ ਕਾਫੀ ਖੁਸ਼ ਹੋਏ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਭ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਇਸ ਜਿੱਤ ਦੇ ਨਾਲ ਉਹ ਬਿਹਾਰ ਜਿਹੜਾ ਰਾਜ ਹੈ ਉਸ ਦਾ ਵਿਕਾਸ ਕਰਨਗੇ ਤੇ ਨਾਲ ਹੀ ਇੱਕ ਹੋਰ ਗੱਲ ਕਹੀ ਸੀ ਜਦੋਂ ਬਿਹਾਰ ਦੇ ਇਲੈਕਸ਼ਨ ਚੱਲ ਰਹੇ ਸੀ ਕਿ ਜੋ ਕਿ ਕੋਰੋਨਾ ਵੈਕਸੀਨ ਆਵੇਗੀ ਤਾਂ ਬਿਹਾਰ ਦੇ ਲੋਕਾਂ ਨੂੰ ਇਹ ਵੈਕਸੀਨ ਫ੍ਰੀ ਦੇ ਵਿੱਚ ਮਿਲੇਗੀ ਜੇ BJP ਜਿੱਤਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਜਦੋਂ ਕੋਰੋਨਾ ਵੈਕਸੀਨ ਆਵੇਗੀ ਤੇ ਕੀ ਜਿਹੜੀਆਂ ਕੋਰੋਨਾ ਵੈਕਸੀਨ ਨੇ ਉਹ ਬਿਹਾਰ ਦੇ ਲੋਕਾਂ ਨੂੰ ਫ੍ਰੀ ਮਿਲਦੀ ਹੈ ਕਿ ਨਹੀਂ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਤੇ ਜਿਹੜੀ ਆਖਰੀ ਖਬਰ ਹੈ ਯਾਨੀ ਕਿ 10ਵੀਂ ਖਬਰ ਹੈ ਉਹ ਹੈ ਕਿ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਤੇ ਰਾਮ ਮੰਦਿਰ ਦਾ ਭੂਮੀ ਪੂਜਨ ਕੀਤਾ ਗਿਆ ਇਸ ਭੂਮੀ ਪੂਜਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਫ ਮਿਨਿਸਟਰ ਯੋਗੀ ਆਦਿੱਤਿਆਨਾਥ ਵੀ ਸ਼ਾਮਿਲ ਸਨ ਤੇ ਉਹਨਾਂ ਨੇ ਕਿਹਾ ਕਿ ਰਾਮ ਮੰਦਿਰ ਬਣਾਉਣਾ ਇੱਕ ਬਹੁਤ ਵੱਡੀ ਜਿੱਤ ਹੈ ਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਉੱਤਰ ਪ੍ਰਦੇਸ਼ ਵਿੱਚ ਜਿਹੜਾ ਰਾਮ ਮੰਦਿਰ ਹੈ ਇਹ ਸਭ ਤੋਂ ਵੱਡਾ ਬਣੇ ਤੇ ਸ਼ਾਨਦਾਰ ਬਣੇ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਰਾਮ ਮੰਦਿਰ ਹੈ ਉਹ 1100 ਕਰੋੜ ਦੇ ਵਿੱਚ ਬਣੇਗਾ ਜਿਸ ਦੇ ਵਿੱਚ 100 ਕਰੋੜ ਜੋ ਹੈ ਉਹ ਆਨਲਾਈਨ ਦਾਨ ਦੇ ਵਿੱਚ ਵੀ ਮਿਲ ਗਏ ਨੇ ਯਾਨੀ ਕਿ ਲੋਕਾਂ ਨੇ ਆਪਣਾ ਕੰਟਰੀਬਿਊਸ਼ਨ ਦਿੱਤਾ ਹੈ ਤੇ ਹਜੇ ਤੱਕ ਆਨਲਾਈਨ 100 ਕਰੋੜ ਰੁਪਇਆ ਇਕੱਠਾ ਹੋ ਗਿਆ ਤੇ ਦੱਸਿਆ ਜਾਂਦਾ ਹੈ ਕਿ ਜਲਦ ਹੀ ਹੁਣ ਰਾਮ ਮੰਦਿਰ ਬਣੇਗਾ ਤੇ ਉੱਤਰ ਪ੍ਰਦੇਸ਼ ਦੀ ਜਿਹੜਾ ਇਹ ਰਾਮ ਮੰਦਿਰ ਹੋਵੇਗਾ ਇਹ ਉੱਤਰ ਪ੍ਰਦੇਸ਼ ਦੀ ਸ਼ਾਨ ਬਣੇਗਾ ਸੋ ਇਹ ਸੀ ਉਹ 10 ਖਬਰਾਂ ਜੋ ਕਿ 2020 ਦੇ ਵਿੱਚ ਸਭ ਤੋਂ ਜ਼ਿਆਦਾ ਚੱਲੀਆਂ ਤੇ ਜਿਸ ਨੇ ਹਾਈਲਾਈਟ ਹੋਈਆਂ ਤੇ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਇਸ ਦੇ ਨਾਲ ਹੀ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਲਿਬਰਲ TV ਦੇਖ ਰਹੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਦੇ ਨਾਲ ਹੀ ਫਰਦਰ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਲਿਬਰਲ TV ਲੋਕਾਂ ਦੀ ਆਵਾਜ਼ ਲੋਕਾਂ ਲਈ